हाँ जी, सत श्री अकाल सारे ਵੀਰਾਂ ਨੂੰ ਜੀ। ਵੀਰੇ, ਇੱਕ ਹੋਰ ਵੀਡੀਓ ਲੈ ਕੇ ਆਏ ਹਾਂ ਅਸੀਂ ਕਿ ਡਬਲ ਲੀਗਲਾਈਜੇਸ਼ਨ ਜਿਹੜੀ ਕਰਾਉਣੀ ਆ PCC ਲਿਥੁਆਨੀਆ ਤੋਂ, ਉਹਦੇ ਵਾਸਤੇ ਕੀ ਕੀ ਰਿਕੁਆਇਰਮੈਂਟ ਨੇ ਔਰ ਕਿੱਦਾਂ ਆਪਾਂ ਪੇਮੈਂਟ ਕਰਨੀ ਆ ਇੰਡੀਆ ਤੋਂ ਜਾਂ ਫਿਰ ਆਪਾਂ ਲਿਥੁਆਨੀਆ ਤੋਂ ਕਿੱਦਾਂ ਪੇਮੈਂਟ ਕਰ ਸਕਦੇ ਹਾਂ, ਉਹਦੇ 'ਚ ਕਿਸ ਤਰੀਕੇ ਦੇ ਨਾਲ ਪੇਮੈਂਟ ਹੋਊਗੀ, ਉਹਦੇ ਵਾਸਤੇ ਜੇ ਡਬਲ ਲੀਗਲਾਈਜੇਸ਼ਨ ਕਰਾਉਣੀ ਆ ਜਿੱਦਾਂ ਹੁਣ UAE ਦੀ PCC ਹੋ ਗਈ, ਦੁਬਈ ਦੀ, ਕਤਰ ਅਤੇ ਕੁਵੈਤ, ਇਹਨਾਂ ਕੰਟਰੀਆਂ ਦੀ ਵਾਸਤੇ ਡਬਲ ਲੀਗਲਾਈਜੇਸ਼ਨ ਦੀ ਜ਼ਰੂਰਤ ਹੈਗੀ ਆ। ਔਰ ਇਹ ਜਿਹੜੀ PCC ਲੀਗਲਾਈਜ਼ ਹੋਊਗੀ ਉਹਦੇ ਵਿੱਚ ਕੀ ਰਿਕੁਆਇਰਮੈਂਟ ਨੇ, ਕਿਹੜੇ ਕਿਹੜੇ ਪੇਪਰ ਆਪਾਂ ਨੂੰ ਚਾਹੀਦੇ ਆ, ਜਿੱਦਾਂ ਓਰੀਜਨਲ PCC ਆਪਾਂ ਨੂੰ ਭੇਜਣੀ ਹੋਊਗੀ, ਕੋਰੀਅਰ ਦਾ ਐਡਰੈਸ ਵੀ ਦਿੱਤਾ ਹੋਇਆ ਥੱਲੇ ਉਹਨਾਂ ਨੇ ਇਸ ਪੇਪਰ ਦੇ ਵਿੱਚ, ਅਸੀਂ ਮੈਂਸ਼ਨ ਕਰਾਂਗੇ ਵੀਡੀਓ ਦੇ ਵਿੱਚ ਪੂਰੀ ਡਿਟੇਲ। ਅਤੇ ਆਪਾਂ ਨੂੰ ਇੱਕ ਰਿਕੁਐਸਟ ਪੇਪਰ ਆ ਫੋਰ ਲੀਗਲਾਈਜੇਸ਼ਨ ਵਾਸਤੇ, ਉਹ ਵੀ ਅਸੀਂ ਸੈਂਪਲ ਉਹਦਾ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਕਿਸ ਤਰੀਕੇ ਨਾਲ। ਫਿਰ ਜਿਹੜੀ ਆਪਣੀ ਪਾਸਪੋਰਟ ਦੀ ਫੋਟੋ ਕਾਪੀ ਹੋਊਗੀ ਉਹਨੂੰ ਨੋਟਰੀ ਕਰਾ ਕੇ ਦੇਣੀ ਆਪਾਂ ਇੰਡੀਆ ਤੋਂ, ਅਤੇ ਕਨਫਰਮੇਸ਼ਨ ਕਿ ਜਿਹੜੀ ਆਪਾਂ 20 ਯੂਰੋ ਫੀਸ ਪੇ ਕੀਤੀ ਹੈ ਉਹਦੀ ਕਨਫਰਮੇਸ਼ਨ ਵੀ ਭੇਜਣੀ ਆ, ਉਹ ਆਪਾਂ ਡਿਟੇਲ ਉਹਨੂੰ ਮੇਲ ਦੇ ਵਿੱਚ ਹੋ ਜੂਗੀ। ਅਤੇ ਆਪਾਂ ਨੂੰ ਪੇਮੈਂਟ ਕਿਸ ਤਰੀਕੇ ਨਾਲ ਕਰਨੀ ਹੈ, ਜਿੱਦਾਂ ਉਹਨਾਂ ਦਾ ਅਕਾਊਂਟ ਨੇਮ ਦੇ ਰੱਖਿਆ ਦਾ ਸਟੇਟ ਟੈਕਸ ਇੰਸਪੈਕਟੋਰੇਟ ਅੰਡਰ ਦਾ ਮਿਨਿਸਟਰੀ ਆਫ ਫਾਈਨੈਂਸ ਆਫ ਦਾ ਰਿਪਬਲਿਕ ਆਫ ਲਿਥੁਆਨੀਆ, ਅਤੇ ਉਸ ਤੋਂ ਬਾਅਦ ਰਿਪੀਸੈਂਟ ਕੋਡ ਅਤੇ ਅਕਾਊਂਟ ਨੰਬਰ ਜਿਹੜਾ ਆ LT ਤੋਂ ਸਟਾਰਟ ਹੁੰਦਾ, ਇੱਦਾਂ ਅਕਾਊਂਟ ਨੰਬਰ ਹੈ ਇਹਨਾਂ ਦਾ। ਔਰ ਫਿਰ ਬੈਂਕ ਨੇਮ ASSEB ਬੈਂਕਸ ਦਾ, ਸਵਿਫਟ ਕੋਡ ਆ ਜਿਹੜਾ ਇਹ ਪਾਉਣਾ ਜ਼ਰੂਰੀ ਹੈ, ਅਕਾਊਂਟ ਨੰਬਰ ਔਰ ਇਹ ਬੈਂਕ ਅਕਾਊਂਟ ਨੇਮ, ਔਰ ਜਿਹੜੀ ਆ ਪੇਮੈਂਟ ਕੋਡ ਆ 5320, ਇਹ ਜ਼ਰੂਰੀ ਮੈਂਸ਼ਨ ਕਰਨੀ ਹੈ। ਅਗਰ ਇਹ ਆਪਾਂ ਮੈਂਸ਼ਨ ਨਹੀਂ ਕੀਤੀ ਤਾਂ ਆਪਣੀ ਜਿਹੜੀ ਪੇਮੈਂਟ ਆ ਉਹ ਇਹ ਕੌਂਸਲਰ ਕੋਲ ਨਹੀਂ ਜਾਣੀ, ਅਟੈਸਟੇਸ਼ਨ ਕੋਲ, ਕਿਉਂਕਿ ਇਹਨਾਂ ਦਾ ਇੱਕ ਹੀ ਅਕਾਊਂਟ ਆ ਲਿਥੁਆਨੀਆ ਦਾ ਜਿਹੜਾ ਗਵਰਨਮੈਂਟ ਅਕਾਊਂਟ ਹੁੰਦੇ ਆ, ਇਹਨਾਂ ਦੇ ਪੇਮੈਂਟ ਕੋਡ ਦੇ ਹਿਸਾਬ ਨਾਲ ਇਹਨਾਂ ਨੂੰ ਪੇਮੈਂਟ ਮਿਲਦੀ ਹੈ। ਸਾਰੇ ਹੀ ਆਫੀਸਰਾਂ ਨੂੰ ਜਿਹੜੇ ਲੀਗਲਾਈਜੇਸ਼ਨ ਕਰਦੇ ਨੇ ਇਹਨਾਂ ਦੇ ਡਿਪਾਰਟਮੈਂਟ ਨੇ, ਪੇਮੈਂਟ ਕੋਡ ਇਹ ਜ਼ਰੂਰੀ ਪਾਉਣਾ ਆਪਾਂ, ਰਿਫਰੈਂਸ ਜਿੱਥੇ ਪੇਮੈਂਟ ਰਿਫਰੈਂਸ ਹੁੰਦਾ ਆ ਨਾ ਉਹਦੇ ਵਿੱਚ ਇਹ 5320 ਪਾ ਕੇ, ਪਰਸਨ ਦਾ ਨਾਮ ਜਿਹਦੀ PCC ਆ ਔਰ ਉਸਦੀ ਆਈਡੈਂਟੀਫਿਕੇਸ਼ਨ ਨੰਬਰ ਜਾਂ ਪਾਸਪੋਰਟ ਨੰਬਰ, ਇਹ 3 ਚੀਜ਼ਾਂ ਭਰਨੀਆਂ ਜ਼ਰੂਰੀ ਆ। ਜਿੱਦਾਂ ਆਪਾਂ ਲਿਖ ਦੇਣਾ ਉਹਦੇ 'ਚ ਪੇਮੈਂਟ ਕੋਡ 5320, ਕੋਈ ਵੀ ਨਾਮ ਲਾ ਲਓ ਜਿੱਦਾਂ ਹਰਜੀਤ ਸਿੰਘ ਹੋ ਗਿਆ, ਉਹਦਾ ਪਾਸਪੋਰਟ ਨੰਬਰ, ਇਸ ਤਰੀਕੇ ਨਾਲ ਆਪਾਂ ਨੂੰ ਇਹ ਚੀਜ਼ ਜ਼ਰੂਰੀ ਫਿਲ ਕਰਨੀ ਹੈ। ਉਸ ਤੋਂ ਬਾਅਦ ਆ ਸੈਕਿੰਡ ਪੇਪਰ ਆ, ਜਿਹੜੇ ਬੰਦੇ ਕਤਰ ਔਰ ਕੁਵੈਤ ਦੀ PCC ਅਟੈਸਟ ਕਰਾਉਣਾ ਚਾਹੁੰਦੇ ਆ ਉਹ ਪਹਿਲਾਂ ਲੀਗਲਾਈਜੇਸ਼ਨ ਕਰਾ ਕੇ ਦੇਣਗੇ। ਕੁਵੈਤਰ ਦੀ ਵਰਸ਼ਾ ਪੋਲੈਂਡ ਦੇ ਵਿੱਚ ਆ ਐਮਬੈਸੀ, ਉੱਥੋਂ ਵੈਰੀਫਾਈ ਹੋਊਗਾ, ਔਰ ਕੁਵੈਤ ਦੀ ਬਰਲਿਨ ਜਰਮਨੀ ਦੇ ਵਿੱਚ। ਔਰ ਆਹ ਸੈਂਪਲ ਪੇਪਰ ਜਿਹੜਾ ਆ ਇਹ ਹੈ ਰਿਕੁਐਸਟ ਪੇਪਰ ਆਪਣਾ ਲੀਗਲਾਈਜੇਸ਼ਨ ਵਾਸਤੇ, ਇਸ ਤਰੀਕੇ ਨਾਲ ਆਪਾਂ ਨੂੰ ਚਾਹੀਦਾ ਆ ਪੇਪਰ ਉਹ। ਔਰ ਉਸ ਤੋਂ ਬਾਅਦ ਵਿੱਚ ਆਹ ਜਿਹੜੀ ਲੀਗਲਾਈਜੇਸ਼ਨ ਕਿਸ ਕੰਟਰੀ ਦੀਆਂ, ਆਪਾਂ ਨੂੰ ਲੀਗਲਾਈਜੇਸ਼ਨ ਔਰ ਡਬਲ ਪੋਸਟਲ ਚਾਹੀਦੀਆਂ ਨੇ PCCਆਂ, ਅਤੇ ਡਬਲ ਲੀਗਲਾਈਜੇਸ਼ਨ ਕਿਸ ਕੰਟਰੀ ਦੀ, ਇਹਦੇ 'ਚ ਪੂਰੀ ਡਿਟੇਲ ਦਿੱਤੀ ਹੋਈ ਹੈ। ਅਤੇ ਆਹੀ ਵੀ ਹਾਂਜੀ ਵੀਰੇ, ਅਸੀਂ ਉਸ ਫੋਨ ਤੋਂ ਟਰਾਈ ਕਰ ਰਹੇ ਸੀ ਤਾਂ ਉਹਦੇ 'ਤੇ ਵੀਡੀਓ ਸਕਰੀਨ ਰਿਕਾਰਡਰ 'ਤੇ ਨਹੀਂ ਸੀ ਆ ਰਿਹਾ, ਅਤੇ ਦੂਸਰੇ ਫੋਨ ਤੋਂ ਟਰਾਈ ਕਰ ਰਹੇ ਹਾਂ। ਇਸ ਤਰੀਕੇ ਨਾਲ ਕੰਟਰੀ ਆਫ ਦਾ ਰਿਸਿਪਟ, ਬੈਂਕ ਲਿਥੁਆਨੀਆ, ਯੂਰੋ, ਇਹਨਾਂ ਦਾ ਬੈਂਕ ਅਕਾਊਂਟ ਨੰਬਰ, ਆ ਕੰਪਨੀ ਨੇਮ ਪੇਪਰ ਦੇ ਉੱਪਰ ਮੈਂਸ਼ਨ ਆ, ਇੱਦਾਂ ਈਮੇਲ ਐਡਰੈਸ, ਇਸ ਤਰੀਕੇ ਦੇ ਨਾਲ ਆਪਾਂ ਉਸ ਤੋਂ ਬਾਅਦ 'ਚ ਐਡ ਬੈਂਕ ਕਰ ਲੈਣਾ ਇਹ, ਅਤੇ ਆਪਣਾ ਬੈਂਕ ਐਡ ਹੋਣ ਤੋਂ ਬਾਅਦ ਵਿੱਚ ਇਹ ਆਪਾਂ ਨੂੰ ਅੱਗੇ ਕੰਟੀਨਿਊ ਕਰਕੇ ਐਡ ਬੈਨੀਫਿਸ਼ਰੀ, ਅਤੇ ਉਸ ਤੋਂ ਬਾਅਦ 'ਚ ਅੱਗੇ ਆਪਾਂ ਪ੍ਰੋਸੈਸ ਆਪਣਾ ਅਗਲਾ ਆ, ਜਿੱਦਾਂ ਇੱਥੇ ਆਇਆ ਰਿਫਰੈਂਸ, ਇਸ ਰਿਫਰੈਂਸ ਦੇ ਵਿੱਚ ਪੇਮੈਂਟ ਕੋਡ 5320 ਇਹ ਮੈਂਸ਼ਨ ਕਰਨਾ ਜ਼ਰੂਰੀ ਆ। ਜੇ ਆਪਾਂ 5320 ਪੇਮੈਂਟ ਕੋਡ ਨਹੀਂ ਕਰਦੇ ਤਾਂ ਆਪਣੀ ਫੀਸ ਜਿਹੜੀ ਹੈ ਇਹ ਦੂਸਰੇ ਡਿਪਾਰਟਮੈਂਟ 'ਚ ਚਲੀ ਜਾਊਗੀ, ਅਤੇ ਉਹ ਆਪਣੇ 20 ਯੂਰੋ ਖਰਾਬ ਜਾਣੇ ਆ। ਅਤੇ ਪੇਮੈਂਟ ਕੋਡ ਦੇ ਹਿਸਾਬ ਨਾਲ ਹੀ ਇੱਥੇ ਪਤਾ ਲੱਗਦਾ ਹੈ ਕਿ ਆਪਾਂ ਲੀਗਲਾਈਜੇਸ਼ਨ ਵਾਸਤੇ ਕਾਉਂਸਲਰ ਨੂੰ ਫੀਸ ਪੇ ਕੀਤੀ ਹੈ, ਜਿੱਦਾਂ ਇਸ ਪੇਪਰ ਦੇ ਵਿੱਚ ਦਿੱਤਾ ਹੋਇਆ 5320। ਇਹਨਾਂ ਦੇ ਵੱਖੋ ਵੱਖ ਡਿਪਾਰਟਮੈਂਟ ਔਰ ਪੇਮੈਂਟ ਕੋਡ ਹੁੰਦੇ ਆ, ਅਤੇ ਇਹ ਆਪਾਂ ਨੂੰ ਲੀਗਲਾਈਜੇਸ਼ਨ ਕਰਾਉਣ ਵਾਸਤੇ ਇਸ ਪੇਮੈਂਟ ਕੋਡ ਦਾ ਯੂਜ਼ ਕਰਨਾ ਪਊਗਾ। ਆਪਾਂ ਰਿਫਰੈਂਸ ਦੇ ਵਿੱਚ ਲਿਖਣਾ ਆ ਪੇਮੈਂਟ ਕੋਡ 5320, ਪਰਸਨ ਦਾ ਨਾਮ ਜਿਹਦੀ PCC ਲੀਗਲਾਈਜੇਸ਼ਨ ਹੋਣੀ ਆ, ਔਰ ਉਸ ਦੀ ਪਾਸਪੋਰਟ ਨੰਬਰ ਡਿਟੇਲ, ਇਹ ਚੀਜ਼ ਆਪਾਂ ਮੈਂਸ਼ਨ ਕਰਨੀ ਹੈ ਇਹਦੇ ਵਿੱਚ। ਅਤੇ ਇਸ ਤੋਂ ਮੈਂਸ਼ਨ ਕਰਨ ਤੋਂ ਬਾਅਦ ਵਿੱਚ ਆਪਾਂ ਕੰਟੀਨਿਊ ਕਰ ਦਾਂਗੇ ਅਤੇ ਆਪਣੀ ਪੇਮੈਂਟ ਹੋ ਜੂਗੀ। ਅਸੀਂ ਇਹ ਪ੍ਰੋਸੈਸ ਕੀਤਾ ਵਾ ਲੋਕਲ ਲਿਥੁਆਨੀਆ ਦੀ ਬੈਂਕ ਤੋਂ, ਜਿੱਦਾਂ ਰਿਵਲਟ ਦਾ ਆ, ਅਤੇ ਬਾਕੀ ਆਪਾਂ ਇੰਡੀਆ ਤੋਂ ਵੀ ਕਰ ਸਕਦੇ ਹਾਂ ਪੇਮੈਂਟ। ਅਤੇ ਉਹਦੇ ਵਾਸਤੇ ਆਪਾਂ ਨੂੰ ਵੀਜ਼ਾ ਕਾਰਡ ਚਾਹੀਦਾ ਆ, ਜਿਹਦੇ ਤੋਂ ਆਪਾਂ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਕਰ ਸਕਦੇ ਹਾਂ। ਅਤੇ ਉਹ ਸੇਮ ਪ੍ਰੋਸੈਸ ਆ, ਇੱਦਾਂ ਰਿਫਰੈਂਸ ਨੰਬਰ ਦੇ ਵਿੱਚ ਜਾਂ ਪੇਮੈਂਟ ਮੈਥਡ ਜਿਹੜਾ ਆਪਸ਼ਨ ਹੁੰਦਾ ਉਹਦੇ ਵਿੱਚ
ਆਪਾਂ ਪੇਮੈਂਟ ਕੋਡ ਜ਼ਰੂਰ ਕੰਪਲਸਰੀ ਲਿਖਣਾ ਹੈਗਾ। ਜੇ ਆਪਾਂ ਨਹੀਂ ਲਿਖਦੇ ਫਿਰ ਆਪਣੀ ਪੇਮੈਂਟ ਜਿਹੜੀ ਆ ਉਹ ਲੀਗਲਾਈਜੇਸ਼ਨ ਵਾਸਤੇ ਨਹੀਂ ਜਾਣੀ ਹੈਗੀ।